ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਮੈਂ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਕੈਨੇਡਾ ਵਿਖੇ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਹੈ, ਜਿੱਥੇ ਕਿ ਅੱਜ GTA ਕਬੱਡੀ ਕਲੱਬ ਵੱਲੋਂ ਇਹ ਕੱਪ ਕਰਵਾਇਆ ਜਾ ਰਿਹਾ ਹੈ। ਬਾਕੀ ਦੋਸਤੋ, ਇੱਥੇ ਮੈਚਾਂ ਦੀ ਗੱਲ ਕਰੀਏ, ਪਹਿਲਾ ਮੈਚ ਹੋਵੇਗਾ ਇੱਥੇ ਇੰਟਰਨੈਸ਼ਨਲ ਕਬੱਡੀ ਕਲੱਬ ਦਾ ਯੂਨਾਈਟਡ ਬ੍ਰਾਂਪਟਨ ਸਪੋਰਟਸ ਕਲੱਬ ਦੇ ਨਾਲ। ਦੂਜਾ GTA ਕਬੱਡੀ ਕਲੱਬ ਦਾ ਮੈਚ ਹੋਵੇਗਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਨਾਲ। ਤੀਸਰਾ ਮੈਚ ਓਨਟਾਰੀਓ ਕਬੱਡੀ ਕਲੱਬ ਦਾ ਹੋਵੇਗਾ ਰਨਰ ਅਪ ਮੈਚ ਬਣ ਦੇ ਨਾਲ। ਚੌਥਾ ਮੈਚ ਹੋਵੇਗਾ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦਾ ਰਨਰ ਅਪ ਮੈਚ 2 ਦੇ ਨਾਲ। ਉਸ ਤੋਂ ਅੱਗੇ ਅੰਡਰ 21 ਦਾ ਮੈਚ ਹੋਵੇਗਾ। ਸੋ ਦੋਸਤੋ, ਇਹਨਾਂ ਸਾਰੇ ਮੈਚਾਂ ਦਾ ਲਾਈਵ ਚੱਲੂਗਾ ਓਨਟਾਰੀਓ ਕਬੱਡੀ ਫੈਡਰੇਸ਼ਨ ਦੇ ਯੂਟਿਊਬ ਚੈਨਲ 'ਤੇ। ਇਹ ਮੈਚ ਆਪਣੇ ਰਾਤ ਨੂੰ ਸ਼ੁਰੂ ਹੋਣਗੇ। ਬਾਕੀ ਦੋਸਤੋ, ਜੇਕਰ ਆਪਾਂ ਵੱਡੇ ਕਬੱਡੀ ਕੱਪ ਦੀ ਗੱਲ ਕਰੀਏ, ਇਹ ਕਬੱਡੀ ਕੱਪ ਪੰਜਾਬ ਦੇ ਵਿੱਚ ਹੋਣਾ ਹੈ ਪਿੰਡ ਤਲਣ, ਜ਼ਿਲ੍ਹਾ ਜਲੰਧਰ ਵਿਖੇ। ਇੱਥੇ ਜੋ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ, ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 1,00,000 ਰੁਪਈਆ, ਦੂਜਾ ਇਨਾਮ 75,000 ਅਤੇ ਬੈਸਟਾਂ ਨੂੰ ਵੀ ਵਧੀਆ ਇਨਾਮ ਦਿੱਤੇ ਜਾਣਗੇ। ਸੋ ਦੋਸਤੋ, ਇਹਨਾਂ ਸਾਰੇ ਮੈਚਾਂ ਦਾ ਲਾਈਵ ਚੱਲੂਗਾ ਕਬੱਡੀ 362 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਸ਼ਹੀਦਾਂ ਵਾਲੀ ਸਰਸਾ ਹਰਿਆਣਾ ਵਿਖੇ। ਇੱਥੇ ਵੀ ਅੱਜ ਓਪਨ ਕਬੱਡੀ ਦੇ ਮੈਚ ਹੋਣੇ ਨੇ, 3 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 31,000, ਦੂਜਾ ਇਨਾਮ 21,000 ਅਤੇ ਬੈਸਟਾਂ ਨੂੰ ਇੱਥੇ 5,100 ਰੁਪਏ ਦਿੱਤਾ ਜਾਵੇਗਾ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਫੂਲ, ਜ਼ਿਲ੍ਹਾ ਬਠਿੰਡਾ ਵਿਖੇ। ਇੱਥੇ ਅੱਜ 72 ਕਿੱਲੋ ਦੇ ਮੈਚ ਕਰਵਾਏ ਜਾਣਗੇ, 2 ਪਲੇਅਰ ਬਾਹਰੋਂ ਖੇਡ ਸਕਦੇ ਨੇ। 72 ਕਿੱਲੋ ਦੇ ਲਈ ਪਹਿਲਾ ਇਨਾਮ 21,000 ਅਤੇ ਦੂਜਾ ਇਨਾਮ 15,000, ਬੈਸਟਾਂ ਨੂੰ ਕੱਪ ਦਿੱਤੇ ਜਾਣਗੇ। ਸੋ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 362 'ਤੇ। ਤਾਂ ਇਹ ਸੀ ਬਾਈ ਜੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹਰ ਰੋਜ਼ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਦੋਸਤੋ, ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।